સબસ્ક્રાઇબ કરો NC7 ન્યૂઝ નું તે લેટેસ્ટ અપડેટ પોન લઈ પ્રેસ કરો બેલ આઇકન. ਰਾਜਧਾਨੀ ਦਿੱਲੀ 'ਚ ਵਧਦੀ ਠੰਡ ਦੇ ਨਾਲ ਹਵਾ ਦੀ ਗੁਣਵੱਤਾ ਹੋਰ ਖਰਾਬ ਹੁੰਦੀ ਜਾ ਰਹੀ ਹੈ। ਦਿੱਲੀ NCR 'ਚ ਵੀਰਵਾਰ ਨੂੰ ਏਅਰ ਕੁਆਲਿਟੀ ਇੰਡੈਕਸ 500 ਦੇ ਪਾਰ ਪਹੁੰਚ ਗਿਆ, ਜੋ ਕਿ ਖਤਰਨਾਕ ਸ਼੍ਰੇਣੀ 'ਚ ਆਉਂਦਾ ਹੈ, ਜਿਸ ਕਾਰਨ ਇੱਥੇ ਫਿਰ ਏਅਰ ਐਮਰਜੈਂਸੀ ਲਗਾ ਦਿੱਤੀ ਗਈ ਹੈ। ਪ੍ਰਦੂਸ਼ਣ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਲੋਕਾਂ ਦਾ ਘਰ 'ਚ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਆਨੰਦ ਵਿਹਾਰ ਦੇ AQI 564 ਦਰਜ ਕੀਤਾ ਗਿਆ। ਦਿੱਲੀ ਨਾਲ ਲੱਗਦੇ ਗਾਜ਼ੀਆਬਾਦ 'ਚ ਏਅਰ ਕੁਆਲਿਟੀ ਇੰਡੈਕਸ 560 ਰਿਕਾਰਡ ਕੀਤਾ ਗਿਆ ਸੀ, ਜਦਕਿ ਦਿੱਲੀ ਨਹਿਰੂ ਸਟੇਡੀਅਮ 'ਚ AQI 483 ਦੇ ਪੱਧਰ ਦੇ ਪਾਰ ਕਰ ਗਿਆ, ਤਾਂ ਉੱਥੇ ਹੀ ਨੋਇਡਾ 'ਚ AQI 588 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਸਮੇਂ ਮੈਂ ਹਮ ਲੋਗ ਆਖ ਮੇਂ ਧੂਆਂ ਮਰਜ਼ਾ ਕਾ ਲੱਗ ਰਿਹਾ ਹੈ, ਸਾਂਸ ਲੈਣੇ ਮੇਂ ਤਕਲੀਫ ਹੋ ਰਹਾ ਹੈ। अब बताइए हम लोग घर पर बैठे तो हम लोग का बाल बच्चा कहाँ जाएगी। दिवाली के बाद में तबीयत खराब रह रहा है, इसी वजह से डेली इलाज में कराते हैं, दवा खा रहे हैं, चल रहे हैं, सीना दर्द कर रहा है। हाँ, मतलब सांस लेने में पूरा दर्द कर रहा है, पेन मतलब हो रहा है। घर से बाहर निकलते ऐसा लग रहा है कि आँख में मिर्च लगाओ, पूरा आँख में जलन और चारों तरफ पूरा धुआं, जैसे कि सांस लेने में दम घुट रहा है, बहुत परेशानी है। परेशानी तो अभी पॉल्यूशन के लेके दिल्ली में हाहाकार मचा हुआ है, जो आम आदमी को भी लगता है, आँख में जलन सा हो रहा है, किसी को सांस में दिक्कत हो रही है, तो परेशानी तो है। ਦਿੱਲੀ 'ਚ ਕੁਝ ਦਿਨਾਂ ਤੋਂ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ ਅਤੇ ਏਅਰ ਕੁਆਲਿਟੀ ਵੀ ਖਤਰਨਾਕ ਪੱਧਰ ਨੂੰ ਪਾਰ ਕਰਕੇ ਐਮਰਜੈਂਸੀ 'ਚ ਪਹੁੰਚ ਗਈ ਹੈ। ਇਸ ਦਰਮਿਆਨ ਦਿੱਲੀ 'ਚ 4 ਨਵੰਬਰ ਨੂੰ ਸ਼ੁਰੂ ਹੋਈ ਔਡ ਈਵਨ ਯੋਜਨਾ ਦਾ 15 ਨਵੰਬਰ ਨੂੰ ਆਖਰੀ ਦਿਨ ਹੈ। ਹਾਲਾਂਕਿ ਇਸ ਯੋਜਨਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਪਰ ਹਾਲੇ ਤੱਕ ਇਸ ਤੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਅੱਜ ਔਡ ਈਵਨ ਯੋਜਨਾ ਦੀ ਸਮੇਂ ਹੱਦ ਨੂੰ ਅੱਗੇ ਵਧਾਏ ਜਾਣ ਦਾ ਫੈਸਲਾ ਲੈ ਸਕਦੀ ਹੈ। हम नहीं चाहते कि जबरदस्ती दिल्ली के लोगों के ऊपर कोई किसी तरह की कठिनाई थोपी जाए, तो अभी भी हम लोग नज़र बनाए हुए हैं। कल और परसों का और हम देखेंगे, अगर हवा में सुधार होता है तो फिर ऑड इवन की ज़रूरत नहीं पड़ेगी। अदरवाइज सोमवार को फिर सुबह सुबह हम लोग इस पर निर्णय लेके और तुरंत इसको इम्प्लीमेंट करने की सोचेंगे, तो फाइनल निर्णय जो है वो हम सोमवार को सुबह लेंगे। ਪ੍ਰਦੂਸ਼ਣ ਅੱਜ ਪੂਰੀ ਦੁਨੀਆ ਦੀ ਸਮੱਸਿਆ ਬਣਿਆ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਵੀ ਪ੍ਰਦੂਸ਼ਣ ਤੋਂ ਅਛੂਤਾ ਨਹੀਂ ਰਿਹਾ, ਪਰ ਹੁਣ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ SGPC ਵੱਲੋਂ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ। SGPC ਵੱਲੋਂ ਸ੍ਰੀ ਹਰਿਮੰਦਰ ਸਾਹਿਬ ਲਈ ਵੱਖਰੇ 66 KV ਸਬ ਸਟੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਦਰਅਸਲ ਹਰਿਮੰਦਰ ਸਾਹਿਬ 'ਚ ਹਰ ਵੇਲੇ ਬਿਜਲੀ ਸਪਲਾਈ ਲਈ ਲੋਡ ਪੈਣ ਤੇ ਜਨਰੇਟਰਾਂ ਦੀ ਵਰਤੋਂ ਹੁੰਦੀ ਸੀ, ਜਿਸ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਸੀ, ਪਰ ਹੁਣ ਇਸ ਸਮੱਸਿਆ ਨੂੰ ਖਤਮ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ 14 ਕਰੋੜ ਦੀ ਲਾਗਤ ਨਾਲ ਸਬ ਸਟੇਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ 24 ਘੰਟੇ ਬਿਜਲੀ ਸਪਲਾਈ ਵੀ ਮਿਲੇਗੀ ਤੇ ਜਨਰੇਟਰਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਨਿਜਾਤ ਵੀ ਮਿਲੇਗੀ। ਇਸ ਤੋਂ ਇਲਾਵਾ ਗੁਰੂ ਕੇ ਲੰਗਰ ਲਈ ਲੱਕੜੀ ਦੀ ਵਰਤੋਂ ਬੰਦ ਕਰਦੇ ਹੋਏ ਸਿੱਧੀ ਗੈਸ ਪਾਈਪ ਲਾਈਨ ਵੀ ਵਿਛਾਈ ਜਾ ਰਹੀ ਹੈ। ਸੰਗਤ ਵੀ SGPC ਦੇ ਇਸ ਉਪਰਾਲੇ ਤੋਂ ਕਾਫੀ ਉਤਸ਼ਾਹਿਤ ਤੇ ਖੁਸ਼ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ 8ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 3 ਮਾਰਚ 2020 ਤੋਂ ਲਈਆਂ ਜਾਣਗੀਆਂ, ਜਦਕਿ 10ਵੀਂ ਦੀਆਂ ਪ੍ਰੀਖਿਆਵਾਂ 17 ਮਾਰਚ ਤੋਂ ਸਵੇਰ ਦੇ ਸੈਸ਼ਨ 'ਚ ਕਰਾਈਆਂ ਜਾਣਗੀਆਂ। ਬੋਰਡ ਨੇ 8ਵੀਂ ਸ਼੍ਰੇਣੀ ਦੀ ਪ੍ਰੀਖਿਆ 3 ਮਾਰਚ 2020 ਦਾ ਸੰਚਾਲਨ ਕਰਨ ਲਈ 10ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੀ ਤਰਜ ਤੇ ਤਿਕੋਣੀ ਵਿਧੀ ਅਨੁਸਾਰ ਪ੍ਰੀਖਿਆ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ 'ਚ ਲਗਾਤਾਰ ਵੱਧ ਰਹੀ ਆਰਥਿਕ ਸੁਸਤੀ ਦਾ ਅਸਰ ਜਲਦ ਹੀ ਟ੍ਰੇਨ ਦੀ ਟਿਕਟ ਦੀਆਂ ਕੀਮਤਾਂ ਤੇ ਵੀ ਦਿਖਾਈ ਦੇਣ ਲੱਗੇਗਾ। ਹੁਣ ਰੇਲ ਯਾਤਰੀਆਂ ਨੂੰ ਚਾਹ, ਨਾਸ਼ਤਾ ਅਤੇ ਭੋਜਨ ਲਈ ਜ਼ਿਆਦਾ ਖਰਚ ਕਰਨਾ ਪਵੇਗਾ। ਰੇਲਵੇ ਬੋਰਡ, ਸੈਰ ਸਪਾਟਾ ਅਤੇ ਖਾਣ ਪੀਣ ਵਿਭਾਗ ਦੇ ਨਿਰਦੇਸ਼ਕ ਵੱਲੋਂ ਜਾਰੀ ਸਰਕੂਲਰ ਤੋਂ ਪਤਾ ਲੱਗਦਾ ਹੈ ਕਿ ਰਾਜਧਾਨੀ ਸ਼ਤਾਬਦੀ ਅਤੇ ਦੁਰੰਤੋ 'ਚ ਚਾਹ, ਨਾਸ਼ਤਾ ਤੇ ਭੋਜਨ ਦੀਆਂ ਕੀਮਤਾਂ 'ਚ ਵਾਧਾ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਟ੍ਰੇਨਾਂ ਦੀ ਟਿਕਟ ਦੀ ਕੀਮਤ ਵਿੱਚ ਵੀ ਚਾਹ, ਨਾਸ਼ਤਾ ਤੇ ਭੋਜਨ ਦੀ ਕੀਮਤ ਜੁੜੀ ਹੁੰਦੀ ਹੈ। ਟਿਕਟਿੰਗ ਸਿਸਟਮ 'ਚ ਨਵੇਂ ਮੈਨਿਊ ਅਤੇ ਚਾਰਜ 15 ਦਿਨਾਂ 'ਚ ਅਪਡੇਟ ਹੋ ਜਾਣਗੇ, ਜਦੋਂ ਕਿ 120 ਦਿਨ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਸੀਨੀਅਰ ਡਾਕਟਰਾਂ ਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੇ ਮਾਮਲੇ 'ਚ ਪੀੜਤ ਔਰਤ ਡਾਕਟਰ ਨੇ ਇਨਸਾਫ਼ ਨਾ ਮਿਲਣ ਦਾ ਦੋਸ਼ ਲਗਾਇਆ ਹੈ। ਇਨਸਾਫ਼ ਨਾ ਮਿਲਣ ਤੇ ਉਸਨੇ 16 ਨਵੰਬਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠਣ ਦਾ ਐਲਾਨ ਕੀਤਾ ਹੈ। ਪੀੜਤ ਔਰਤ ਡਾਕਟਰ ਨੇ 1 ਦਰਜਨ ਜਨਤਕ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਦੋਸ਼ ਲਗਾਇਆ ਕਿ ਜਿਨਸੀ ਸ਼ੋਸ਼ਣ ਮਾਮਲੇ ਦੀ ਸੱਚਾਈ ਨੂੰ ਦਬਾਉਣ ਲਈ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਅਤੇ ਕਸੂਰਵਾਰ ਡਾਕਟਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਆਪਣਾ ਪ੍ਰਭਾਵ ਵਰਤ ਕੇ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਹਨ। ਪੀੜਤ ਡਾਕਟਰ ਨੇ ਕਿਹਾ ਕਿ ਉਸਨੇ 20 ਅਗਸਤ ਨੂੰ ਜ਼ਿਲ੍ਹਾ ਪੁਲਿਸ ਮੁਖੀ ਤੇ ਡੀ ਸੀ ਨੂੰ ਜਿਨਸੀ ਸ਼ੋਸ਼ਣ ਮਾਮਲੇ ਦੀ ਲਿਖਤੀ ਸ਼ਿਕਾਇਤ ਕੀਤੀ ਸੀ। ਨਿਯਮਾਂ ਮੁਤਾਬਿਕ ਪੁਲਿਸ ਨੂੰ ਪਹਿਲਾਂ ਇਸ ਮਾਮਲੇ 'ਚ FIR ਦਰਜ ਕਰਨੀ ਚਾਹੀਦੀ ਸੀ ਅਤੇ ਬਾਅਦ ਪੜਤਾਲ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਆਸੀ ਦਬਾਅ ਕਾਰਨ ਪਿਛਲੇ 3 ਮਹੀਨਿਆਂ ਤੋਂ ਉਸਦੀ ਸ਼ਿਕਾਇਤ ਨੂੰ ਪੜਤਾਲ ਦੇ ਨਾਮ ਤੇ ਲਮਕਾਇਆ ਹੋਇਆ ਹੈ। ਮਾਮਲੇ ਦੀ ਪੜਤਾਲ ਕਰ ਰਹੀ ADC ਪਰਮਜੀਤ ਕੌਰ ਨੇ ਆਖਿਆ ਕਿ ਉਹਨਾਂ ਨੇ ਇਸ ਮਾਮਲੇ 'ਚ ਯੂਨੀਵਰਸਿਟੀ ਅਧਿਕਾਰੀਆਂ ਅਤੇ ਡਾਕਟਰਾਂ ਦੇ ਬਿਆਨ ਕਲਮ ਬੰਦ ਕੀਤੇ ਹਨ ਅਤੇ ਜ਼ਰੂਰੀ ਰਿਕਾਰਡ ਨੂੰ ਕਬਜ਼ੇ 'ਚ ਲਿਆ ਹੈ ਅਤੇ ਜਲਦ ਇਸ ਸਬੰਧੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪ ਦੇਣਗੇ। ਪ੍ਰਦੂਸ਼ਣ ਨੇ ਦਿੱਲੀ ਵਾਸੀਆਂ ਦਾ ਇੰਨਾ ਜਾਣਾ ਮੁਸ਼ਕਿਲ ਕਰ ਦਿੱਤਾ ਹੈ ਕਿ ਹੁਣ ਲੋਕਾਂ ਨੂੰ ਸਾਹ ਤੱਕ ਲੈਣਾ ਵੀ ਔਖਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਸਖਤੀ ਦਿਖਾਉਂਦੇ ਹੋਏ ਕਿਹਾ ਕਿ ਆਖਿਰ ਕਦੋਂ ਤੱਕ ਲੋਕ ਜ਼ਹਿਰੀਲੀ ਹਵਾ 'ਚ ਸਾਹ ਲੈਣਗੇ। ਘਰ 'ਚ ਵੀ ਹਵਾ ਪ੍ਰਦੂਸ਼ਿਤ ਹੋ ਗਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ ਕਰਕੇ ਹਵਾ ਪ੍ਰਦੂਸ਼ਣ ਦਾ ਡਾਟਾ ਦਿੱਤਾ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਕਿ ਏਅਰ ਕਲੀਨਿੰਗ ਡਿਵਾਈਸ ਨੂੰ ਲਗਾਉਣ ਲਈ ਕਿੰਨਾ ਸਮਾਂ ਲੱਗੇਗਾ। ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਕਿ ਚੀਨ ਅਤੇ ਜਪਾਨ ਨੇ ਕਿਵੇਂ ਪ੍ਰਦੂਸ਼ਣ ਤੇ ਕਾਬੂ ਪਾਇਆ ਹੈ। ਕੋਰਟ 'ਚ ਮਾਹਿਰ ਨੇ ਦੱਸਿਆ ਕਿ ਸਾਡੇ ਇੱਥੇ 1 ਕਿਲੋਮੀਟਰ ਵਾਲਾ ਡਿਵਾਈਸ ਹੈ, ਚੀਨ 'ਚ 10 ਕਿਲੋਮੀਟਰ ਤੱਕ ਕਵਰ ਕਰਦਾ ਹੈ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਅੱਜ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ 800 ਪਾਰ ਕਰ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਪ੍ਰਦੂਸ਼ਣ ਤੇ ਕੰਟਰੋਲ ਕਰਨ 'ਚ ਕਿੰਨਾ ਸਮਾਂ ਲੱਗੇਗਾ, ਕੇਂਦਰ ਇਸ ਦੇ ਵੀ ਜਵਾਬ ਦੇਵੇ। Are you planning holidays? Searching for agency? Are you confused? Then here is a solution. Now you can book your railway ticket, bus ticket and airplane ticket with hotel booking just in 5 minutes. Immediately contact us on 947869-5072. You are watching NC7 News. To give advertisement for flash ad, video ad and paid stories on this channel, contact us on 9855858559.